ਹਾਲ ਹੈ ਤੇਰਾ? ਠੀਕ ਹੈ ਸਾਥੀ ਭਾਜੀ? ਹਾਂ ਠੀਕ ਠਾਕ। ਮੈਂ ਸੁਣਿਆ ਭਰਤੀਆਂ ਆਈਆਂ ਨੇ, ਕੀ ਨਾਲ ਇਹਦੀਆਂ ਆਰਮੀ ਦੀਆਂ? ਯਾਰ ਆਰਮੀ ਦੀ ਭਰਤੀ ਚਾਹੀਆਂ ਪਰ ਹੁਣ ਮੈਨੂੰ ਸ਼ਰਮ ਆਉਂਦੀ ਹੈ। ਸ਼ਰਮ ਕਾਹਦੀ ਆਉਂਦੀ? ਆਰਮੀ ਦੀ ਭਰਤੀ ਸਰਕਾਰੀ ਨੌਕਰੀ ਤੁਹਾਨੂੰ ਸ਼ਰਮ ਆਉਂਦੀ ਹੈ? ਭਾਜੀ ਗੱਲ ਹੈ ਵੀ ਕੀ ਗੱਲ ਹੈ ਜੇ ਆਰਮੀ ਵਿੱਚ ਕਾਹਦੀ ਸ਼ਰਮ ਹੋਏ ਵੀ ਬੰਦਾ ਸ਼ੇਰ ਜਵਾਨ ਹੋਏ ਤਾਂ ਆਰਮੀ 'ਚ ਸ਼ਰਮ ਆਉਂਦੀ ਹੈ? ਭਾਜੀ ਗੱਲ ਹੈ ਕਿ ਜੇ ਅਸੀਂ ਹੋਏ ਭਰਤੀ, ਅੱਛਾ ਅਤੇ ਗੱਲਾਂ ਹੋਣੀਆਂ ਦੋ ਹੈ, ਗੱਲਾਂ ਹੋਣੀਆਂ ਦੋ ਭਰਤੀ ਹੋ ਗਏ, ਜਾਂ ਤਾਂ ਤੁਹਾਨੂੰ ਰੱਖਣਾ ਹੈ ਛੋਣੀ ਵਿੱਚ ਅਤੇ ਜਾਂ ਰੱਖਣਾ ਹੈ ਮਾਡਲ 'ਤੇ। ਠੀਕ ਹੈ। ਜੰਗ ਹੋਈ ਤੇ ਗੱਲਾਂ ਹੋਣੀਆਂ ਦੋ, ਗੱਲਾਂ ਹੋਣੀਆਂ ਦੋ। ਹਾਂ ਜਾਂ ਤੇ ਅਸੀਂ ਗਾਜ਼ੀ ਬਣਾਂਗੇ ਜਾਂ ਹੋਵਾਂਗੇ ਸ਼ਹੀਦ, ਹੋਣਾ ਹੀ ਹੋਣਾ। ਤੇ ਜੇ ਅਸੀਂ ਬਣੀ ਗਾਜ਼ੀ ਫਿਰ ਤੇ ਠੀਕ ਹੈ, ਤੇ ਜੇ ਅਸੀਂ ਹੋ ਗਏ ਸ਼ਹੀਦ ਫਿਰ ਗੱਲਾਂ ਹੋਣੀਆਂ ਦੋ, ਗੱਲਾਂ ਹੋਣੀਆਂ ਦੋ। ਹਾਂਜੀ ਭਾਜੀ, ਇਹ ਕੀ ਗੱਲ ਕਿ ਜਾਂ ਤੇ ਸਾਨੂੰ ਉੱਥੋਂ ਕੋਈ ਚੁੱਕ ਲਏਗਾ ਤੇ ਜਾਂ ਸਾਨੂੰ ਕੋਈ ਸਾੜ ਦੇਗਾ, ਜੇ ਲੈ ਕੇ ਕੋਈ ਚੁੱਕ ਫਿਰ ਤੇ ਠੀਕ ਹੈ, ਫਿਰ ਠੀਕ ਹੈ। ਤੇ ਜੇ ਛੜਿਆ ਕਿਸੇ ਸਾੜ ਤੇ ਫਿਰ ਗੱਲਾਂ ਹੋਣੀਆਂ ਦੋ, ਸਾੜ ਕੇ ਗੱਲਾਂ ਹੋਣੀਆਂ ਫਿਰ ਦੋ ਭਾਜੀ ਜੀ। ਹਾਂਜੀ ਉਹ ਕੀ ਵੀ ਜਾਂ ਸਾਡੀ ਕਿਸੇ ਸਾਹ ਨੇ ਉੱਥੋਂ ਸਾਹ ਕੋਈ ਚੁੱਕ ਲਏਗਾ ਅਤੇ ਜਾਂ ਉੱਡ ਜਾਏਗੀ, ਚੰਗੀ ਗੱਲ ਹੈ। ਅਤੇ ਜੇ ਉੱਡ ਗਈ ਅਤੇ ਫਿਰ ਤਾਂ ਠੀਕ ਹੈ, ਅਤੇ ਜੇ ਨਾ ਉੱਡੀ ਜੇ ਕਿਸੇ ਚੁੱਕ ਲਈ ਤਾਂ ਫਿਰ ਗੱਲਾਂ ਹੋਣੀਆਂ ਦੋ, ਫਿਰ ਗੱਲਾਂ ਹੋਣੀਆਂ ਦੋ। ਵੀ ਜਾਂ ਤਾਂ ਕੋਈ ਬਣਾਏਗਾ ਸਰਫ ਅਤੇ ਜਾਂ ਬਣਾਏਗਾ ਕੋਈ ਸਾਬਣ, ਅਤੇ ਜੇ ਤਾਂ ਬਣਾਏ ਕੋਈ ਸਰਫ ਫਿਰ ਤਾਂ ਠੀਕ ਹੈ, ਅਤੇ ਜੇ ਬਣਾਇਆ ਸਾਬਣ ਤਾਂ ਗੱਲਾਂ ਹੋਣੀਆਂ ਦੋ, ਗੱਲਾਂ ਹੋਣੀਆਂ ਦੋ। ਹਾਂਜੀ ਭਾਜੀ, ਵੀ ਜਾਂ ਤਾਂ ਉਹ ਬਣਨਾ ਜਿਹੜੀ ਕੱਪੜਿਆਂ ਵਾਲਾ ਅਤੇ ਜਾਂ ਬਣਿਆ ਨਹਾਣੇ ਵਾਲਾ, ਜੇ ਤਾਂ ਬਣੇ ਕੱਪੜੇ ਵਾਲਾ ਫਿਰ ਤਾਂ ਠੀਕ ਹੈ, ਅਤੇ ਜੇ ਬਣਿਆ ਉਹ ਨਹਾਣੇ ਵਾਲਾ ਤਾਂ ਫਿਰ ਗੱਲਾਂ ਹੋਣੀਆਂ ਦੋ, ਗੱਲਾਂ ਹੋਣੀਆਂ ਦੋ। ਹੋਰ ਕੀ? ਜਾਂ ਤਾਂ ਉਹਦੇ ਨਾਲ ਨਹਾਉਣਗੇ ਬੰਦੇ ਅਤੇ ਜਾਂ ਨਹਾਉਣਗੇ ਬੁੱਢੀਆਂ, ਜੇ ਤਾਂ ਨਹਾਉਣ ਬੰਦੇ ਤਾਂ ਫਿਰ ਤਾਂ ਠੀਕ ਹੈ, ਠੀਕ ਹੈ। ਅਤੇ ਜੇ ਨਹਾਤੀਆਂ ਬੁੱਢੀਆਂ ਤਾਂ ਭਾਈ ਮੈਨੂੰ ਬੜੀ ਸ਼ਰਮ ਆਉਣੀ ਆ। ਇਸ ਵਾਸਤੇ ਆਦਮੀ ਚਿੰਬੜਨੀ ਹੁਣ ਤੁਹਾਨੂੰ ਸ਼ਰਮ ਆਉਣੀ ਹੈ? ਹਾਂਜੀ ਅੱਛਾ।